ਜ਼ਿਮਨੀ ਚੋਣਾਂ ਦਾ ਅੱਜ ਰਿਜ਼ਲਟ ਆਉਣਾ ਹੈ। ਗਿਣਤੀ ਜੋ ਹੈ ਸੁਬਾਹ ਸਵੇਰੇ 8 ਵਜੇ ਸਮਾਂ ਜੋ ਹੈ ਉਸਦਾ ਨਿਰਧਾਰਿਤ ਕੀਤਾ ਗਿਆ ਹੈ। ਅਤੇ ਜਲਾਲਾਬਾਦ ਦੀ ਗੱਲ ਕਰੀਏ ਤਾਂ 7 ਉਮੀਦਵਾਰ ਖੁੱਲ੍ਹ ਮੈਦਾਨ ਵਿੱਚ ਸੀ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਇੱਥੇ ਜੋ ਹੈ ਹੋਣਾ ਹੈ। ਜਲਾਲਾਬਾਦ ਦੀ ਸਰਕਾਰੀ ITI ਦੇ ਬਾਹਰ ਅਸੀਂ ਮੌਜੂਦ ਹਾਂ, ਜਿੱਥੇ ਸੁਬਾਹ ਸਵੇਰੇ ਤੋਂ ਹੀ ਜੋ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਅਤੇ 50 ਪੁਲਿਸ ਕਰਮੀ ਅਤੇ BSF ਦੇ ਜਵਾਨ ਜੋ ਨੇ ਵਿਸ਼ੇਸ਼ ਤੌਰ 'ਤੇ ਅੰਦਰ ਜੋ ਨੇ ਤੈਨਾਤ ਰਹਿਣ ਵਾਲੇ ਨੇ। ਬਾਹਰ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਇੱਥੇ ਤੈਨਾਤ ਕੀਤੇ ਗਏ ਨੇ। ਤੁਹਾਨੂੰ ਦੱਸ ਦਈਏ ਕਿ 7 ਉਮੀਦਵਾਰ ਜੋ ਨੇ ਉਹਨਾਂ ਦੀ ਅੱਜ ਕਿਸਮਤ ਦਾ ਇੱਥੇ ਫੈਸਲਾ ਹੋਣਾ। ਅਤੇ ਕੁੱਲ 239 ਬੂਥ ਇਸ ਦੌਰਾਨ ਜੋ ਬਣਾਏ ਗਏ ਸੀ, ਅਤੇ 78% ਵੋਟਿੰਗ ਜੋ ਹੈ ਜਲਾਲਾਬਾਦ ਦੱਸਿਆ ਜਾ ਰਿਹਾ ਕਿ ਸਭ ਤੋਂ ਜ਼ਿਆਦਾ ਹੋਈ ਸੀ। ਅਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਸੁਬਾਹ ਸਵੇਰੇ ਤੋਂ ਜੋ ਹੈ ਕਾਊਂਟਿੰਗ ਦਾ ਸਮਾਂ ਜੋ ਹੈ 8 ਵਜੇ ਨਿਰਧਾਰਿਤ ਕੀਤਾ ਗਿਆ ਹੈ। ਅਤੇ ਜੋ ਉਮੀਦਵਾਰ ਨੇ 7 ਉਮੀਦਵਾਰ ਜਲਾਲਾਬਾਦ ਸੀਟ ਤੋਂ ਅਹਿਮ ਸੀਟ ਮੰਨੀ ਜਾਂਦੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਜਦੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਉਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਅਤੇ ਉਸ ਤੋਂ ਬਾਅਦ ਜ਼ਿਮਨੀ ਚੋਣਾਂ ਦੀ ਗੱਲ ਆਈ ਅਤੇ ਜਲਾਲਾਬਾਦ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ। ਇਸ ਦੇ ਨਾਲ ਨਾਲ ਕੁਝ ਹੋਰ ਸੀਟਾਂ ਨੇ ਜਿੱਥੇ ਕਿ ਇਲੈਕਸ਼ਨ ਹੋਏ, ਦਾਖਾ ਦੀ ਗੱਲ ਕੀਤੀ ਜਾਵੇ ਜਾਂ ਫਗਵਾੜਾ ਦੀ ਗੱਲ ਕੀਤੀ ਜਾਵੇ, ਉੱਥੇ ਦਾ ਰਿਜ਼ਲਟ ਵੀ ਜੋ ਹੈ ਆਉਣਾ ਹੈ। ਜਲਾਲਾਬਾਦ ਦੀ ਗੱਲ ਕਰੀਏ ਤਾਂ ਸਮੇਂ ਸਮੇਂ ਦੀ ਅਪਡੇਟ ਤੁਹਾਡੇ ਨਾਲ ਇਸੇ ਤਰੀਕੇ ਨਾਲ ਸਾਂਝੀ ਕਰਦੇ ਰਹਾਂਗੇ। 8 ਵਜੇ ਦਾ ਸਮਾਂ ਜੋ ਹੈ ਨਿਰਧਾਰਿਤ ਕੀਤਾ ਗਿਆ, ਉਸ ਤੋਂ ਬਾਅਦ ਜੋ ਹੈ ਵੋਟਿੰਗ ਦੀ ਪ੍ਰਕਿਰਿਆ ਜੋ ਹੈ ਉਹ ਸ਼ੁਰੂ ਹੋ ਜਾਵੇਗੀ। ਜਲਾਲਾਬਾਦ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV।